हूँ तेज है कि दसवां लग गया दस हो गए दस चार दस नंबर चके जाम है और 11,000 कर दिता नू कनेडा ने जेकर चुके भी टीम आ मैच जितनी है ते 11,000 ने शेयर कर दो भाई शेयर कर दो बंदे मान होंगे कर दो शेयर कर दो भाई जी बहुत तगड़ा मैच है वीरे खंजरवाल का मैच दसांगे भाई जी वेट करो पमन सिंह कंबोज अपनी चाल चलता जाता है जल्दी के मैच करा दी बड़ी मेहरबानी होगी और उधर दाखिल साडा भाई यूएसए वाला कहना 5,100 अपने ऐड कर दो चुके हुए 11,000 नूर कनेडा का वे मान 15,000 शेयर कर दो भाई जी शेयर कर दो बहुत तगड़ा मैच है वीरे खिचा खिचा गावण भाई एक एक शेयर कर दो वीरे मोती वाला ते सलेम शाह मोती वाला ते सलेम शाह ਪੈਰਾਂ ਦੀਆਂ ਗੁੱਡੀਆਂ ਘਸਾਤੀਆਂ ਕਿਤੇ ਡਿਪਟੀ ਦਾ ਮੇਰੇ ਮਿੱਤਰੋ ਬੋਲ ਵਾਲਾ ਆਓ ਨੰਬਰ ਮੋਤੀਆਂ ਦੇ ਸਲੇਮ ਸ਼ਾਹ ਬਹੁਤ ਤਕੜਾ ਮੈਚ ਆ ਬਈ ਖੇਡ ਦੇ ਮੈਦਾਨ ਵਿੱਚ ਫੱਟੇ ਗੜੀਆਂ ਨਾਗ ਵੀ ਬੈਠਾ ਔਰ ਅੱਜ ਪੇਚਾ ਵੀ ਵੱਡਾ ਪੈਣਾ ਅਮਣਾ ਵੀ ਭੱਜਾ ਫਿਰਦਾ ਬੱਲ ਦਾ ਵੀਰ ਵੀ ਧਰਤੀ ਪੈਰ ਨਹੀਂ ਲਾਉਂਦਾ ਲੈ ਵੀ ਅਮਣੇ ਔਰ ਸਾਹਮਣੇ ਚੰਦ ਬਾਜੇ ਵਾਲਾ ਸੈਂਟਰ ਦੇ ਵਿੱਚ ਆ ਗਿਆ ਮੈਨੂੰ ਸੁੱਖ ਨਹੀਂ ਲੱਗਦੀ ਉਧਰ ਪੈਂਟੋ ਖਾਲਸਾ ਵੀ ਸਾਡੇ ਉਹ ਵੀ ਲੈ ਮੈਚਾਂ ਦਾ ਆਨੰਦ ਮਾਣ ਰਹੇ ਹੈ ਉਧਰ ਸਾਡਾ ਰਮਨ ਔਲਖ ਲੈ ਵੀ ਅਮਨ ਅਮਰੀਕਾ ਦੇ ਵਿੱਚ ਹੈ ਬਾਈ ਰਮਨ ਔਲਖ ਅਮਰੀਕਾ ਜੇਕਰ ਅੱਜ ਵੀਰੇ ਸ਼ਾਲੂ ਉਸਤਾਦ ਨਾਲ ਰਾਤ ਵਾਲਾ ਸੈੱਟ ਹੀ ਹੈ ਵੀਰੇ ਰਾਤ ਵਾਲਾ ਸੈੱਟ ਹੀ ਹੈ ਸ਼ਾਲੂ ਉਸਤਾਦ ਜੀ ਨਾਲ ਵੀਰੇ 300 ਦੇ ਮਾਣ ਕਰਾਂਗੇ ਸੁੱਖੂ ਬਾਈ ਤੇ ਬਬਲੂ ਬਾਈ ਵੀਰੇ ਵਿੱਕੀ ਦੇ ਕਮਲ ਦੇ ਨੈਟ ਤੇ ਲਾਲ ਬਾਈ ਅੱਜ ਉਹਨਾਂ ਵੀਰਾਂ ਮੰਨਿਓ 1100 ਚੰਦ ਅੱਜ ਲਾਲ ਬਾਈ ਹੈ ਵੀਰੇ ਇਹ ਚੰਦ ਵਜਲਾ ਮੈਂ ਜਿਤਾਉਂਦਾ ਹੈ ਤੇ 1100 ਸਾਡੇ ਕੋਲ ਸ਼ੇਅਰ ਕਰ ਦੋ ਬਾਈ ਜੀ ਸ਼ੇਅਰ ਕਰ ਦੋ ਵੀਰੇ ਬਹੁਤ ਤਗੜਾ ਮੈਚ ਹੈ ਵੀਰੇ ਖਿੱਚਾ ਖਿੱਚਾ ਕੰਮ ਨੂੰ ਬਾਈ ਇੱਕ ਇੱਕ ਸ਼ੇਅਰ ਕਰ ਦੋ ਸਾਡੇ ਹੱਲੇ ਖਿਲਾ ਰਹੇ ਹੈ ਆਹ ਮੈਚ ਅੱਜ ਕਾਫੀ ਸਮੇਂ ਬਾਅਦ ਦੇਖਣ ਨੂੰ ਮਿਲਿਆ ਹੈ ਔਰ ਸਾਹਮਣੇ ਸਲੀਮ ਸਾਹਿਬ ਦੇ ਨਾਂ ਤੇ ਟੀਮ ਖੇਡਦੀ ਹੈ ਨਵੀਂ ਕਾਸੂ ਬੇਗੂ ਵਾਲਿਆ ਅੱਜ ਤੀਜਾ ਚੌਥਾ ਦਿਨ ਹੈ ਇਹ ਜੱਜ ਦੇ ਨਾਲ ਕੁਆਟਰ ਸੈਮੀ ਆਹ ਟੀਮ ਦਾ ਮੈਚ ਪੱਕਾ ਹੀ ਆਉਂਦਾ ਹੈ ਔਰ ਸਾਹਮਣੇ ਅੱਜ ਤੀਜਾ ਚੌਥਾ ਦਿਨ ਹੈ ਤੇ ਨਿੱਤ ਟੀਮਾਂ ਡੇਲੀ ਭਿੜਦੀਆਂ ਜੱਜ ਨਿੱਤੈਨ ਕੋਲੇ ਆ ਕੇ ਹਰ ਜਾਂਦਾ ਹੈ ਔਰ ਜੱਜ ਸਿਆਂ ਫੜਾ ਫੱਟਾ ਕਰਨਾ ਪੈਂਦਾ ਹਾਂਜੀ ਕਾਲੀ ਵਾਲਾ ਨਹੀਂ ਆਈ ਵੀਰੇ ਗੁਰੀ ਬਾਈ ਤੇ ਬੁੱਢਾ ਤੇ ਨਾਮਾ ਉਸਤਾਦ ਬੋਧੀ ਵਾਲ ਚ ਖੇਡੀ ਜਾਂਦੇ ਬੋਧੀ ਵਾਲੇ ਚ ਸਾਹਮਣੇ ਕੰਮ ਚੱਲਿਆ 5 ਗਰਾਂ ਦਾ ਉਸਤਾਦ ਚਾਹੀ ਮੰਗਾ ਦੇ ਲੱਗਿਆ ਟੀਮਾਂ ਦਾ 2.5 ਵੀਰੇ 02 ਆ ਵੀਰੇ 02 2 0 ਬੋਧੀ ਵਾਲਾ 2 ਸਲੇਮ ਸ਼ਾਹ ਦੇ 5 ਗਰਾਂ ਤੋਂ ਬਾਅਦ ਜਿੰਨੇ ਮੈਚ ਲੱਗੇ ਆ ਸਾਰੇ ਮੈਚ ਖੜਕੇ ਦੜਕੇ ਵਾਲੇ ਔਰ ਬੜੇ ਚੋਟੀ ਦੇ ਮੈਚ ਲੱਗੇ ਨੇ ਉਧਰ 1 ਨੰਬਰ ਜਿਹੜੀ ਮੁਕਾਬਲਾ ਸ਼ੁਰੂ ਕਰ ਦਈਏ ਉਧਰ ਗਾਲ ਵਾਲਾ ਪ੍ਰੀਤ ਆ ਜਿਹੜਾ ਉਹਦੇ ਕੋਲੇ ਚਾਬੀ ਆ ਗੁਰਪਿੰਦਰ ਦੀ ਗੱਡੀ ਦੀ ਮਰੂਤੀ ਦੀ ਉਹ ਸਟੇਜ ਦੇ ਨੇੜੇ ਆ ਜੇ ਵੀਰ ਸਾਡਾ ਉਹਨੂੰ ਗੁਰਪਿੰਦਰ ਚੇਤੇ ਕਰ ਰਿਹਾ ਉਧਰ ਵਰਿੰਦਰ ਗਰੇਵਾਲ ਸਾਡਾ ਵੀਰ ਕਹਿੰਦਾ ਵੀ ਦਿੱਲੀ ਦਾ ਹਰ ਟੱਪਾ 500 ਦਾ ਹੋਣਾ ਹੈ ਮੈਂ ਵੀ ਗਾਲ ਵਾਲਾ ਪ੍ਰੀਤ ਸੰਪਰਕ ਕਰ ਲਵੇ ਗੁਰਪਿੰਦਰ ਦੇ ਨਾਲ ਜ਼ਰੂਰ ਉਸਤਾਦ ਤੁਹਾਡਾ ਮੈਚ ਹੋ ਗਿਆ ਜੀ शालू पनियारी ते राजपाल पनियारी कर दो भाई जी टपा दो 200 200 200 400 खिचा खिचा काम मलक दे अमने वर्गे गंदी वर्गे अमने ਦਿਲਪ੍ਰੀਤ ਮੱਲੇ ਵਰਗੇ ਹੋਰਨਾ ਬੰਨਿਓ ਜਿਹੜਾ ਵੱਡਾ ਮਾਣ ਹੋਇਆ ਜੀਤਾ ਮਨੀਲਾ ਮੱਲੀ ਜਸਵਾ ਵੀਰੇ ਤੂਫਾਨ ਨਹੀਂ ਆਇਆ ਬਈ ਸੱਤਾ ਤੂਫਾਨ ਨਹੀਂ ਆਇਆ ਅੱਜ ਹਾਲ ਕਹਿੰਦੇ ਇਸੇ ਨਗਰ ਦਾ ਜੋਤ ਹੈ ਛੋਟੀ ਉਮਰ ਦਾ ਖਿਡਾਰੀ ਵੀ ਮੁੰਡਾ ਇੱਕ ਵਧੀਆ ਖਿਡਾਰੀ ਬਣ ਗਿਆ ਹੈ ਹਾਲ ਵੀ ਬੇਨਤੀ ਹੈ ਜੀ ਵੀਰਾਂ ਦੇ ਬੰਨਿਓ ਵੀ ਜਿਹੜੇ ਵੀਰ ਮੋਟਰਸਾਈਕਲਾਂ ਤੇ ਆਏ ਆ ਜ਼ਰੂਰ ਥੋੜਾ ਥੋੜਾ ਧਿਆਨ ਰੱਖਣ ਮੋਟਰਸਾਈਕਲਾਂ ਦਾ ਕਿਉਂਕਿ ਮੇਲਾ ਵੱਡਾ ਤੇ ਵੀਰਾਂ ਦਾ ਤਜਰਬਾ ਬੋਲਦਾ ਮੈਂ ਨਹੀਂ ਕਹਿੰਦਾ ਉਹ ਵੀਰ ਕਹਿ ਰਹੇ ਆ ਤਜਰਬੇ ਦੀ ਪਟਾਰੀ ਜੋ
अपना ही एक अद्धा निकल आया और थोड़ा ध्यान रखना सारे जमुना ब्रांड मिले कहना मेरा मोटरसाइकिल लेने वाली है 3 साल बाद मिले आसे पास 3 साल बाद मोटरसाइकिल मिले मैं भी आ नंबर रुपए किने जोड़िया बई हमने नंबर जरा मेनू किने लाया वीरे आ मुन्ना खड़ा फौजी शर्मा जी आ खड़ा मुन्ना गोपी बंगी दे पिछे हुण दिस गया फौजी उस्ताद शेर कर शेर रोकना आ खड़ा मुन्ना आ खड़ा मुन्ना दिस गई अंकल फौजी उस्ताद हर एक नंबर के उपर वे माण किए जा रहे हैं बहुत तगड़ा मुकाबला उधर भी मैच दो ते भी चोटी रहा है एक पासे गुरप्यार ते जैलदार मुंडे दो बड़े शेर कर दो बहुत तगड़ा मैच है वीरे राजपाल बागड़ी खड़ा है गुरमीर सिंह बुढ़ा ते टक्कर कहे चोटी भी है मुंडा पुजया एक सिरे का मैच है दो नंबर से भी वड्डे वड्डे स्टारा की टक्कर है एक नंबर ग्राउंड भी फेरू शहरी तीर्थ ने अर्शी कदे दूरों सद्या ढिडे भलवान वर्गिया कौन नहीं जानता आस्ट्रेलिया आले जगदीप ने शेयर कर फौजी शेयर कर फौजी फौजी शेयर कर भी करा भी फॉलो करो शेयर करो फौजी खिंचो खिंचो काम नू जी एक नंबर दे विच रवि ज्योति असली हवाला पंप पाने का कर दो अगर बरगराने को जाए तो हवाला पंप जरूर पाने का कर दी रवि काशी गोगल नंबर दस नहीं मेरी किन्नी किन्नी है मैं 3 नंबर ग्राउंड का भी बड़ा तकड़ा दुनिया जुड़ी हुई है आओ चंद बाजे वाला धरती तक इंटू खालसा कहना भी 1100 दे देंगे चंद बाजे वाले नू आओ सामने गया मैं जिता मुंडा 1100 दे नाल मान होणगे पर ते होर आओ गाल सामने फर्क वे पै गया चंद बाजे आओ सीधी उंगलां झोड़ी नहीं कहा कर दे तगड़ा जा मित्रा बुक्का नाल ही समुद्र वेले होने ये कुछ ना कुछ करना पैना मैच दो ते भी कदे चोटी ना पटाके 3 च भी पेंदे बब्बी कदे ट्राई करदा फिर मैदान रब्बा वे सानू माही दी उडीक सी आओ फौजदारी केस विच आखरी तरीक सी बाद सुत गए बौड़े ना माली ते सज्जना नू कैद मोड़ गई दीपा आ गया कचहरी खाली है सज्जना नू कैद मोड़ गई जीपा आ गई कचहरी खाली हम देखते हैं जीपा किधरों किधर आदियां मुकाबले इधर भी कहते बड़े तकड़े खेले जा रहे हैं हाले तकड़े मैच है धन्यवाद जी धन्यवाद जी धन्यवाद वीरे शेयर कर दो आओ दूध सिंह वाले का युद्ध खब्बा अज की तरीक का भी मुंडा टॉप से है इवें सियाने कहते भी पीक से है हाँ भी मुंडे का सिक्का चलना मैं भी 100 मेरे को जोत खब्बे लिए आया साढ़े सरपंच साहब का जशन भी इतने नोट कर ली 100 मेरे को जोत खब्बे का और इस तो बाद आप कापी वेख के जशन हिसाब करने थोड़ा ध्यान रखी मेरा वीर बन के पैसे जेड़े लाए आप करने आप उधर रमन औलख जी वो कहते 3300 देवे जेकर अज दीप सिंह वाले की टीम मेला जितनी पिंड का बल्ले मुनिया वाह गुड काकी खे रही है और
कैमरे सामने बोधी वाला परली साइड सलेम शाह 21000 दिता जाना है ते 11000 जाफर भाई साडा यूएसए वाला कहदा है पर बाल इना खंजरवाल च वीरे रंजीत है इक ते दूजा दसांगे वीरे यार साहब बैठे सरपंच साहब ओ कहंदे वी फाइनल दा कोडर दे डोरिए और गल्ला बातें हो रही है ये तो दू बाद कोई उम्मीद की हुंदी है ते सरपंच साहब कहंदे वी सारा साहब आपां नबेड़ देंगे जे कोई घर दे वादे हुए ते चक्कर नहीं मंगना आओ सरपंच बैठा मुंडिया दे नाल गल्ला कहंदे वड्डियां कहंदा मान है ਵੀ ਫਾਈਨਲ ਤੋਂ ਬਾਅਦ ਹਿਸਾਬ ਦਾ ਸ਼ੇਅਰ ਕਰ ਦੋ ਬਾਈ ਸ਼ੇਅਰ ਕਰ ਦੋ ਕਹਿੰਦੇ ਵੱਡੀ ਆ ਬਾਹਰ ਉਧਰਲੇ ਪਾਸੇ ਵੱਡੇ ਜਿਹੜੇ ਬਾਹਰ ਤੇ ਪਿਆਰ ਨੇ ਇਹਨਾਂ ਖੜਾਉਣੇ ਕੱਲੇ ਪੁਆਇੰਟ ਦਾ ਜਿਹੜਾ ਮੇਰੇ ਮਿੱਤਰ ਲੇਖਾ ਜੋਖਾ ਕੀਤਾ ਜਾ ਰਿਹਾ ਹੈ ਜਾਲਵਾਲਾ ਪ੍ਰੀਤ ਗੁਰਪਿੰਦਰ ਨੂੰ ਯਾਦ ਕਰ ਰਿਹਾ ਚੁੱਗਿਆਂ ਵਾਲਾ ਉਹ ਜ਼ਰੂਰ ਮਿਲ ਲਵੇ ਉਹਦੇ ਕੋਲੇ ਗੱਡੀ ਦੀ ਚਾਬੀ ਹੈ ਵਾਕਈ ਗਾਲ ਵਾਲਾ ਕਹਿੰਦੇ ਜ਼ਰੂਰ ਮਿਲ ਲਈ ਗਾਲ ਵਾਲਾ ਗੜਦੰਬਾ ਵੀ ਆਇਆ ਹੋਇਆ ਦੁਨੀਆ ਫੈਨ ਹੈ ਗੜਦੰਬੇ ਦੀ ਤਕੜੀ ਮੈਚ ਜਿਹੜੀ ਖੇਡੇ ਜਾ ਰਹੀ ਹੈ ਖੇਡ ਮੈਦਾਨ ਦੇ ਵਿੱਚ ਤਿੰਨੇ ਗਰਾਉਂਡਾਂ ਦੇ ਚਾਰ ਵੀਰ ਜੀ ਬੋਦੀਵਾਲ ਦਾ 0 ਆ ਸਲੇਮ ਸ਼ਾਹ ਦੇ 7 ਪੁਆਇੰਟ ਸਟਾਰ ਖੇਡ ਰਹੀ ਹੈ ਹੋ ਕਦੇ ਦੁਨੀਆ ਕਿੰਨੀ ਜਾਂਦੀ ਹੈ ਕਦੇ 2 ਨੰਬਰ ਦਾ ਮੈਚ ਦੇਖਦੀ ਹੈ ਬੋਦੀਵਾਲ ਦੇ 0 ਹੈ ਵੀਰੇ ਸਲੇਮ ਸ਼ਾਹ ਦੇ 7 ਪੁਆਇੰਟ ਤਿੰਨੇ ਗਰਾਉਂਡਾਂ ਦੇ ਵਿੱਚ ਮੈਚ ਬਾਲੇ ਤਕੜੀ ਹੈ ਔਰ ਇਧਰ ਯੂਪੀ ਵਾਲਾ ਢੋਲਾ ਕਹਿੰਦਾ ਵੀ ਜੇਕਰ ਬੁੱਢਾ ਜਿਤਾਵੇ ਆਪਣੀ ਟੀਮ ਨੂੰ ਬੋਦੀ ਵਾਲੇ ਨੂੰ ਤੇ ਆਪਾਂ 1100 ਦੇ ਮਾਨ ਕਰਨੇ ਆ ਲੈ ਵੀ ਬੁੱਢਿਆ ਤੇਰੇ ਲਈ 1100 ਹਾਂਜੀ ਬਾਈ ਜੀ ਹਾਂਜੀ ਸਹੀ ਹੈ ਵੀਰੇ ਸਹੀ ਆ ਇਹ ਪੁਆਇੰਟ ਜੋੜਿਆ ਕਿਸੇ ਨੇ ਜੈਸਨ ਫਾਉਲ ਸੀ 07 ਆ 07 ਵੀਰੇ 0 ਬੋਦੀ ਵਾਲਾ 7 ਸਲੇਮ ਸ਼ਾਹ ਆਊਟ ਸੀ ਬਾਲ ਇਹ ਸਰਪੰਚ ਸਾਹਿਬ ਆਊਟ ਸੀ ਬਾਲ ਜੀ ਕੋਈ ਨਹੀਂ ਆਪਣੇ ਜਮਾ ਹੈ ਕੋਈ ਗੱਲ ਇਹ ਬਾਲ ਆਊਟ ਆ ਨਾਮ ਦੇ ਨਾਲ ਸਰਪੰਚ 100 ਦੇ ਦਿੰਦਾ ਜਦੋਂ ਨੰਬਰ ਲੱਗਦਾ ਪਿੰਡ ਦਾ ਔਰ ਮੇਰੇ ਮਿੱਤਰ ਵੱਡਾ ਮਾਨ ਕਟਿਆਲੀ ਦਾ ਮੈਚ ਦੱਸਦਾ ਮੈਂ ਜੀ ਕਟਿਆਲੀ ਦਾ ਮੈਚ ਦੱਸਦਾ ਵੀ ਸਾਜਨ ਹੁਣ ਤੱਕ ਅਗਲੇ ਰਾਉਂਡ ਜਾਂ ਕਟਿਆਲੀ ਦਾ ਮੈਚ ਜੀ ਗੁਰਪਿਆਰ ਕਿੰਨੇ ਪੁਆਇੰਟ ਇਧਰ ਡੀਸੀ 8 7 ਇਧਰ ਉਹਨੇ ਆ ਜੀਰੀ ਕਾਰ ਆਪਣੀ ਗੱਡੀ ਸੀ ਇਧਰ 7 ਨੇ ਉਧਰ ਹਾਲੇ ਕੁਝ ਨਹੀਂ ਬਣਿਆ ਔਰ ਬੁੱਢਾ ਹੁੰਦਾ ਜਾਂਦਾ ਨੇੜੇ ਨੇੜੇ ਬੁੱਢਿਆ ਯੂਪੀ ਵਾਲਾ ਪੈਸੇ ਲਾਉਣ ਲੱਗਿਆ ਤਿਆਰੀ ਫੜ ਲਾ ਇਧਰ ਦਾ ਸੁਜੈਸ਼ਨ ਕਿੰਨੇ ਕਿੰਨੇ ਪੁਆਇੰਟ ਹੋ ਗਏ 7 13 5 13 ਹੋ 5 ਤੇ 13 ਦੀ ਟੱਕਰ ਹੈ ਹੱਥ ਨੰਬਰਾਂ ਦਾ ਬਹੁਤ ਵੱਡਾ ਫਰਕ ਹੈ ਫੁੱਗੇ ਵਾਲਾ ਪਿੰਡਾ ਫੇਰ ਸੈਂਟਰ ਦੇ ਵਿੱਚ ਆ ਗਿਆ ਹੈ ਮੈਚ ਤੇ ਬੜਾ ਤਕੜਾ ਦੂਜੇ ਰਾਉਂਡ ਦੇ ਵਿੱਚ ਐਨ ਟੱਕਰ ਹੋ ਗਈ ਹੈ ਦੀਪ ਸਿੰਘ ਵਾਲਾ ਤੇ ਚੁੱਗਾ ਕੋਈ ਬੜਾ ਫਰਕ ਨਹੀਂ ਬਿਲਕੁਲ ਇਹਨ 4 ਕਿਲੋਮੀਟਰ ਦੀ ਦੂਰੀ ਦਾ ਫਰਕ ਹੈ ਸ਼ਾਲੂ ਉਸਤਾਦ ਦਾ ਮੈਚ ਅਗਲੇ ਰਾਉਂਡ ਚ ਬਈ ਦੱਸਦੇ ਆ ਬਟੀਆਂ ਦੋਨੋਂ ਪਿੰਡਾਂ ਦੀਆਂ ਇਧਰ ਚੰਡੀਗੜ੍ਹੀਆ ਸਮਾਂ ਧੰਨ ਧੰਨ ਕਰਵਾ ਗਿਆ ਸਾਡਾ ਚੇਂਜ ਹੈ ਕਸੂ ਬਿੱਗੂ ਜੀ ਅਗਲਾ ਨੰਬਰ ਅਗਲਾ ਮੈਚ ਵੀ ਦੱਸ ਦਿਓ ਕਿਹੜੀਆਂ ਕਿਹੜੀਆਂ ਟੀਮਾਂ ਦਾ ਖੇਡਿਆ ਜਾਣਾ ਹੈ 2 ਨੰਬਰ ਦੇ ਵਿੱਚ ਵੀ ਸਾਡਾ ਚੇਂਜ ਹੋ ਚੁੱਕੀ ਹੈ ਇੱਧਰ ਮੈਚ 1 ਨੰਬਰ ਗਰਾਊਂਡ ਦਾ ਵੀ ਕਹਿੰਦੇ ਬਹੁਤ ਤਕੜਾ ਖੇਡਿਆ ਜਾ ਰਿਹਾ ਹੈ ਕੱਲ ਦਾ ਦਿਨ ਗੋਡਿਆਂ ਦਾ ਮੇਲਾ ਖੇਡਿਆ ਜਾਣਾ ਹੈ ਹਾਂ ਅੰਗਰੇਜ਼ ਕਹਿ ਰਿਹਾ ਵੀ ਬੰਗੀ ਵਾਲਾ ਮੈਚ ਜਿਤਾਵੇ ਆਪਾਂ 500 ਦੇ ਵੱਡੇ ਮਾਣ ਕਰਨੇ ਆ ਗੁਰੀ ਉਹਨਾਂ ਦੇ ਬਾਲਾ ਮਾਣ ਕਰਕੇ ਸੱਦਿਆ ਬੁੱਢਿਆ ਤੈਨੂੰ ਨਾਲ ਆਹ ਅੱਜ ਮਿੱਤਰਾ ਗੱਲਾਂ ਬਾਤਾਂ ਕੁਝ ਹੋਰ ਹੀ ਬਣ ਗਈਆਂ ਵੇਦਿਆਂ ਵੇਦਿਆਂ ਸਾਡਾ ਚੇਂਜ ਆ ਗਾਂਧੀ ਤੇ ਅਮਨ ਉਹਨਾਂ ਕੋਲੇ ਮੈਚਾਂ ਲਈ ਕਾਪੀ ਆ ਉਹ ਮੇਰੇ ਨਾਲ ਸੰਪਰਕ ਕਰ ਲੈਣ ਅਗਲੇ ਮੈਚ ਆਪਾਂ ਤਿੰਨਾਂ ਗਰਾਊਂਡਾਂ ਦੇ ਜਿਹੜੇ ਅਨਾਊਂਸ ਕਰ ਦਈਏ ਉਧਰ ਸਿਵੀਆਂ ਵਾਲਾ ਰਿੱਕੀ ਵੀ ਪੁੱਜਿਆ ਨੌਜਵਾਨ ਬਲਾੜ ਮਹਿਮੇ ਦੀ ਟੀਮ ਕਹਿੰਦੇ ਅੱਜ ਵੱਡੀ ਆ ਰਿੱਕੀ ਹੁਣੀ ਕੱਲ ਵੀ ਤਗੜਾ ਖੇਡਿਆ ਔਰ ਸਿਵੀਆਂ ਵਾਲੇ ਦੇ ਕਹਿੰਦੇ ਸਿਰੇ ਖੰਜਰਵਾਲ ਚ ਰਣਜੀਤ ਜੋਲ ਖੰਜਰਵਾਲ ਦਾ ਸ਼ੌਕੀ ਆ ਤੇ ਸਿਵੀਆਂ ਵਾਲੇ ਨੇ ਸ਼ੇਰਾਂ ਵਰਗੇ ਕਹਿੰਦੇ ਕੁੱਤੇ ਪਾਲ ਕੇ ਰੱਖੇ ਆ ਔਰ ਮੇਰੇ ਮਿੱਤਰੋ ਇਹ ਗੱਡੀ ਰੱਖਣ ਦਾ ਸ਼ਕੀਨ ਆ ਮੁੰਡਾ ਔਰ ਜਦੋਂ ਖੋਲ ਦਿੰਦਾ ਤੇ ਸਾਰੇ ਸਿਵੀਆਂ ਪਿੰਡ ਚ ਭਾਜੜ ਪੈ ਜਾਂਦੀ ਆ ਵੀ ਰਿੱਕੀ ਕੇ ਜਾਨਵਰ ਖੁੱਲੇ ਉੱਧਰ ਨਹੀਂ ਜਾਣਾ ਆਓ ਮੇਰੇ ਮਿੱਤਰੋ ਗੱਲਾਂ ਵੱਡੀਆਂ ਨਾਲ ਮਾਸਟਰ ਤਾਰੇ ਵਰਗੇ ਬਲਾੜ ਵਾਲੇ ਕਿੰਗ ਹੁੰਦੀ ਨਾਲ ਹੈਪੀ ਆ ਟੀਮ ਵੱਡੀ ਆ ਅਲੀ ਕੇ ਪਿੰਡ ਦਾ ਵੀਰੇ ਸ਼ਾਲੂ ਦਾ ਮੈਚ ਅਗਲੇ ਰਾਉਂਡ ਜਾ ਸ਼ਾਲੂ ਦਾ ਮੈਚ ਅਗਲੇ ਰਾਉਂਡ ਚ ਵੀਰੇ ਦੱਸਾਂਗੇ ਸ਼ਾਲੂ ਭਰਾ ਦੀ ਤਰ੍ਹਾਂ ਹਮੇਸ਼ਾ ਛੋਟਿਆਂ ਤਰ੍ਹਾਂ ਭਰਾ ਨੇ ਰੱਖਿਆ ਸਾਡਾ ਵੱਡਾ ਵੀਰ ਅਲੀ ਕਾ ਵਾਲਾ ਸੱਤਾ ਵੀ ਅੱਜ ਵਿਸ਼ੇਸ਼ ਤੌਰ ਤੇ ਆਇਆ ਅਲੀ ਕਾ ਵਾਲੇ ਪਾਰਸ ਹੁਣੀ ਜ਼ਿੰਮੇਵਾਰੀਆਂ ਕਰਕੇ ਔਰ ਮੇਰੇ ਮਿੱਤਰ ਪੰਜਾਬ ਪੁਲਿਸ ਤੇ ਭਰਤੀ ਹੋ ਗਿਆ ਮੁੰਡਾ ਥੋੜਾ ਦੂਰ ਹੈ ਗਰਾਊਂਡਾਂ ਤੋਂ ਜਦੋਂ
खंजरवाल मैच नी एक यंग हो मैच ये भी बड़ा तकड़ा खेडा जाना है। हाली फरोशा दी बी टीम दविंदर ब्राड क्लब शालू भंडारी के खिलाड़ी जेडे ये भी आ गए ग्राउंड दे विच तीन नंबर के नेड़े। छोटा सत्ता भी आया है और मेरे मित्रों गल्लां वंडियां ने खेड दे मैदान विच अली क्या लिया रात दस जा जनेतपुरी वर्गा ही होंदा है और मेरे मित्रों वड्डियां गल्लां लै भी मुंडे फ्लैश बंद कर लो जी लै भी बच्चे छोटे वीर फ्लैश आपां बंद कर लीए मोबाइल दी। वाकई मैच कहने बड़े तकड़े खेडे जा रहे हैं उधर सत नाम सिंह सत्ता अली क्या वाला कितने जान बा जान दे मिफाज नहीं इन्ना बढ़िया खिलाड़ी खेडे तो ज्यादा कितने वधिया निशान है ਭੇਜਿਆ ਦੁਨੀਆਂ ਦਾ ਮਹਾਨ ਹੈ ਉਹ ਵੀ ਸਾਡਾ ਵੀਰ ਅੱਜ ਕਹਿੰਦੇ ਚੇਤੇ ਤੌਰ ਤੇ ਆਇਆ ਹੈ ਕੱਲ ਕਿੰਗਰੇ ਦੀ ਧਰਤੀ ਦੇ ਰਿਕਾਰਡ ਬਣਿਆ ਹੈ 12 ਸਨਮਾਨ ਹੋਇਆ ਭੇਜੇ ਦੇ ਭੇਜਿਆ ਵੀ ਆਇਆ ਹੈ ਉਧਰ ਰੌਲਾ ਰੱਪਾ ਪੈਂਦਾ ਚੁੱਗੇ ਵਾਲਿਆਂ ਦੇ 15-20,000 ਲੱਗਾ ਜੇਕਰ ਚੁੱਗਿਆਂ ਦੀ ਟੀਮ ਜਿੱਤੇ ਪਰ ਪੇਚਾ ਪਿੰਡ ਦੀ ਟੀਮ ਨਾਲ ਬਲ ਤੇ ਮਰਿੰਦਰ ਨੂੰ ਫਰਕ ਕੋਈ ਨਹੀਂ ਵੀ ਬਾਲ ਕਿੰਨੀ ਤੇਜ਼ ਆਉਂਦੀ ਆ ਕਿੰਦਿਆ ਆਓ ਨਾਮ ਮਿੰਦੋ ਦੇ ਬਾਲ ਤੇ ਦੁਨੀਆਂ ਨੇ ਤੈਨੂੰ ਫੇਰ ਮੰਨਣਾ ਜੱਗੇ ਵਰਗੇ ਔਰ ਐਵੇਂ ਨਹੀਂ ਮੁੰਡੇ ਮਾਣ ਕਰਦੇ ਲੱਡੂ ਵਰਗੇ ਮਿੰਦੋ ਚ ਵੀ ਕਲਾਕਾਰੀ ਵੱਡੀ ਆ ਬਾਲ ਲਾਵੇ ਅਮਰਿੰਦਰ ਜਾਂ ਬਲ ਤੇ ਗੱਲਬਾਤ ਫੇਰ ਬਣਦੀ ਆ ਆਓ ਬੱਬੀ ਵਰਗੇ ਮੁੰਡੇ ਰਿੰਕੂ ਵਰਗੇ ਦਵਿੰਦਰ ਵਰਗੇ ਨੈਟ ਤੇ ਬੋੜੇ ਵਾਲਾ ਖੜਾ ਖੰਜਰਵਾਲ ਦਾ ਇਸ ਤੋਂ ਬਾਅਦ ਹੀ ਮੈਚ ਆ ਠੱਠੀ ਭਾਈ ਨਾਲ ਮੇਰੇ ਖੰਜਰਵਾਲ ਦੇ ਠੱਠੀ ਭਾਈ ਖੰਜਰਵਾਲ ਦੇ ਠੱਠੀ ਭਾਈ ਦਾ ਇਸ ਤੋਂ ਤਲਾ ਹੀ ਮੈਚ ਆ ਬਾਈ ਕਿੰਨੇ ਕਿੰਨੇ ਪੁਆਇੰਟ ਨੇ ਇਹ ਬੱਲ ਲਈ ਆ ਜੀ ਲੈ ਲਈ 100 ਜਸ਼ਨ ਬੱਲ ਦਾ 100 ਲਿਖ ਲਈ ਬੱਲ ਦਾ सामने गुरमीत कहिंदा वी कोई गल नहीं नप्पी आ एदा ही किल्ली गल फेर बणदी आ इहनां नूं ऐ इंटरनैट नैट नहीं कढ़ना पैंदा हर कम सौखा ही आ इधरले पासे नंबर फर्क वड्डे पै गए आ उधर 13 पॉइंट पिंड दी टीम दे ते 7 नंबर आ चुगे वाले मुंडिया दे आओ पिंडा कड़े टीमिया दा मुंडा ते किंगरे वाला भेजा वी भाषण आया ओहदा वी स्वागत है कल मान सम्मान भी जेड़े वड्डे खंजरवाल दा मैच उतलाई है भाई खंजरवाल दा मैच उस तो उतलाई मैच है मेरे शेयर करो शेयर यार जगदेव साडा वीर है कनेडा हर कदे वड्डे मान होए है उधरले पासे गल्लां कदे वड्डियां ने हाओ गल्लां कहंदे वड्डियां ने किंगरे वाला मस्त मौला भी आया होया है जवाकां दा जवाक बन जांदा है हाओ ਕਰਵਾਉਂਦੇ ਆ ਦੋ ਦਸ ਦੋ ਬੋਦੀ ਵਾਲਾ ਦਸ ਸਲੇਮ ਸ਼ਾਹ ਦੇ ਬਲ ਤੇ ਜੇ ਕੋਈ ਬਾਲ ਲਾਉਂਦਾ
500 दिता जाना है वीर साढ़े कहते हैं गल हो उधर गेजी है भंडारी आला अज बलाड आले किंग ने चोन की दो दस दो दस फेटो जा मित्रा नाल मास्टर तारे हुनी ते रिकी दो दस भाई दो दस मेरे मित्रों दो पोती वाला दस सलेम शाह कुछ भी तगड़ा मैच है मैं भी हड़ी नथू वाली आ नंबर दस भी किन्ने किन्ने ने दो दस ने दो ते दस नौ ते दस फर्क इधर भी बहुत बड़ा है और दुनिया के तीन नंबर ग्राउंड से जुड़ी हुई है इधर अरसी खड़क सिंह वाला पिंड है जिले मान साडा ओ साडा चल रहा है धक्का असी ता कर दे क्योंकि सरेआम जटा धक्का कर दे आओ जिले मानसा की कहती खड़क सिंह वाले का अरसी आया होया है अज फिर शहर की टीम के लिए मुंडा खेल रहा है वीरे शालू उस्ताद दा मैच दसांगे वीरे शालू उस्ताद दा मैच दसांगे ओ टक्कर सिरे दी है खेल मैदान दे विच पर बंगी वाला भी है बद बद बाला लांदा है आओ जेलदार अगे कहंदे बाल नहीं खांदे उधर कान्याली वाला पुजिया होया यारा दा यार है वड्डा नाम है सतनाम चीमे वर्गे और सत्तो वर्गे बहुत प्यारे वीर है जिंदगी दे भेजे वर्गे सेवक वर्गे सारे वीर जिहड़े पुजे है रजिंदर प्रधान वर्गे आपां वड्डा धन्नवाद करांगे ये इलाका खेडां नूं बड़ा प्यार करदा है अज दुनिया दे वड्डे वड्डे मल पजे हुए है आओ सामणे पिंदा गलती कर बैठा जसर जी हां जी खंजरवाल दा वीरे अगला मैच जी खंजरवाल दा अगला मैच है ठीक है 13 ते 7 सामने खेड मैदान ब्राड ने घर का चिराग सर्विस कर गया मुंडा आओ नंबर हूं 13-14 दविंदरा करने पैने जेड़ा जोड़ गया 14 ते 100 नाल दी नाल आ जाना फाउल दा इशारा सुखू भाई ते बबलू भाई अपने शालू नाल उधर जगे वर्गे साडे वीर कहंदे वी अमरिंदर जे कर मैच पावे ते 500 दित्ता जाना है जगे मनावे दे बंदियो बिंदू दे लई 500 दे मान होणगे जेकर वीर सिंगल दी टीम जितदी है 10-4-10 ओए चल वीर हाय ते फिर सर वाले पिंडे ने धन धन करवा दित्ती है ਧੰਨ ਗੱਭਰੂ ਜੋ ਬਾਂਧੇ ਸੰਘਾਰੇ ਮੈਦਾਨਾਂ ਦੀ ਦੇਖ ਫੁੱਲਾਂ ਵਾਂਗ ਕਿਵੇਂ ਚਿਹਰੇ ਹੱਸਦੇ ਜਵਾਨਾਂ ਦੀ ਕਹੋ ਬੁੱਟਾ ਨਸ਼ਿਆਂ ਦੀ ਲੱਤ ਕਰਕੇ ਭੁੱਲ ਕੇ ਵੀ ਲਾਉਣੀ ਨਾ ਹੋ ਮੱਲਾ ਮਾਰ ਲੈ ਜਵਾਨਾ ਇਹ ਜਵਾਨੀ ਬਾਰ ਬਾਰ ਆਉਣੀ ਨਾ ਉਧਰ ਵੀਰ ਸਾਡਾ ਮਲਕਾਣੇ ਵਾਲਾ ਕਹਿੰਦਾ ਵੀ ਬੰਗੀ ਵਾਲੇ ਗੋਪੀ ਦੀਆਂ 7 ਬਾਲਾਂ 1100 ਦੀਆਂ ਹੋਣਗੀਆਂ ਉਧਰ ਸਾਡਾ ਯੂਪੀ ਵਾਲਾ ਭੁੱਲੂ ਵੀ ਕਹਿੰਦਾ ਵੱਡੇ ਮਾਣ ਜਿਹੜੇ ਕਰਨੇ ਆਪਾਂ ਖੇਡਦੇ ਮੈਦਾਨ ਵਿੱਚ ਸੋਖਾ ਟਿੱਬੀ ਵਾਲਾ ਰਵਿੰਦਰ ਮੁਰਤਾਲੀਆ ਸਾਰੇ ਵੀਰ ਸਾਡੇ ਕਹਿੰਦੇ ਪੁੱਜੇ ਹੋਏ ਆ ਗੱਲਬਾਤ ਕਹਿੰਦੇ ਵੱਡੀ ਹੋਣੀ ਆ ਉਹ ਗੱਲਬਾਤ ਵੱਡੀ ਹੋਣੀ ਆ ਲਾਡੀ ਦੱਸਿਓ ਗੁਰੂ ਸਰਜੋ ਵਾਲਿਆ ਨੰਬਰ ਕਿੰਨੇ ਕਿੰਨੇ ਹੋ ਗਏ ਆ 8-3 ਦੀ ਟੱਕਰ ਹੈ ਖੇਡ ਮੈਦਾਨ ਦੇ ਵਿੱਚ ਐਵਾ ਜੀ ਅਗਲਾ ਮੈਚ ਮਿਲਦੀ ਆਪਾਂ ਇੱਕ ਨੰਬਰ ਦੇ ਗਰਾਊਂਡ ਖਾਲੀ ਹੋਣ ਵਾਲਾ ਤੇ ਦੋ ਦੀ ਵੀ ਗੱਲ ਨੇੜੇ ਤੇੜੇ ਜੀ ਹੈ ਅਗਲੇ ਮੈਚ ਆਪਾਂ ਜ਼ਰੂਰ ਬੋਲ ਲਈਏ ਕਿਰਪਾ ਕਰਕੇ ਮੈਂ ਵੀ ਜਸ਼ਨ 8-13 ਹੋ ਗਏ ਬਈ 8-13 ਬੱਬੀ ਸੁੱਖ ਦੀ ਜਾਪਦੀ ਜਿਹੜੇ ਹਿਸਾਬ ਨਾਲ ਉਹ ਨੇੜੇ ਨੇੜੇ ਤੁਰੇ ਆਉਂਦੇ ਆ ਨਾ 8-9 ਦੀ ਤਿਆਰੀ ਜਾ ਮੁੰਡੇ ਚੰਦ ਬਾਦੇ ਵਾਲੇ ਦਾ ਮੈਨੂੰ ਪਤਾ ਵੀ ਉਹ ਨੰਬਰ ਜੋੜਨ ਲੱਗ ਗਿਆ ਆਹ ਬੱਬੀ 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 ਕਰੇ ਕਮਾਲ ਕਰ ਗਿਆ ਇਹ ਆ ਬੱਬੀ ਵੀਰ ਸਿੰਘ ਵਾਲੀਆ ਦੁਨੀਆ ਦਾ ਵੱਡਾ ਬਲ ਬਣ ਗਿਆ ਇੱਕ ਵਾਰੀ ਯਾਰ ਤਾੜੀ ਮਾਰੋ ਜਿਹੜੇ ਜਿਹੜੇ ਬੱਬੀ ਦੀ ਖੇਡ ਨੂੰ ਪਿਆਰ ਕਰਦੇ ਆ ਆਹ ਤਾੜੀ ਵੱਜੀ ਆ ਮੇਰੀ ਜਸ਼ਨ ਇੱਕ 100 ਹੋਰ ਜਿਹੜਾ ਉਹ ਬੱਬੀ ਲਈ ਆ ਗਿਆ ਸਰਪੰਚ ਸਾਹਿਬ ਦੇ ਵੱਲੋਂ ਇੱਕ ਮਿੰਟ ਮੈਂ ਵੀ ਇੱਕ 100 ਬੱਬੀ ਦਾ ਜਸ਼ਨ ਨੋਟ ਕਰ ਲਈ ਮੇਰਾ ਵੀਰ ਹੁਣ ਦੱਸ ਟੁੱਟੇ ਕਰੀ ਗੱਲ ਨੋਟਾਂ ਦੀ ਵਰਖਾ ਕਰਦੇ ਆ ਸਰਪੰਚ ਦਾ ਕਹਿੰਦੇ ਦਿਲ ਵੱਡਾ ਹੈ ਨੋਟਾਂ ਤੋਂ ਮਹਿੰਗੀ ਜਦ ਜਾਨ ਕੁੜੇ ਹੋ ਤੇਰੇ ਤੋਂ ਵਾਰਾਂਗੇ ਨੋਟਾਂ ਤੋਂ ਮਹਿੰਗੀ ਜਦ ਜਾਨ ਕੁੜੇ ਤੇਰੇ ਤੋਂ ਵਾਰਾਂਗੇ ਅੱਜ ਦੁਨੀਆ ਕਹਿੰਦੇ ਨੋਟਾਂ ਦੀ ਵਰਖਾ ਕਰ ਰਹੀ ਹੈ ਬੜੇ ਵਧੀਆ ਮੁਕਾਬਲੇ ਖੇਡੇ ਜਾ ਰਹੇ ਹੈ ਔਰ ਉਧਰਲੇ ਪਾਸੇ ਕਹਿੰਦੇ ਵੱਡਾ ਐਲਾਨ ਕਰ ਦਿੱਤਾ ਨੂਹ ਸਾਡਾ ਕੈਨੇਡਾ ਵਾਲਾ ਕਹਿੰਦਾ ਵੀ ਜੇਕਰ ਚੁੱਕਿਆ ਵੀ ਟੀਮ ਆਵੇ ਜਿੱਤੇ ਤੇ 25,000 ਆਪਾਂ ਦੇਵਾਂਗੇ 5,000 ਸੋਨੀ ਮਾਨ ਵਰਾੜਾ ਵਾਲੇ ਦਾ 30,000 ਹੈ ਤੇ
15,000 ਸਾਡਾ ਜਗਤਾਰ ਗਾਖੜ ਬਾਈ ਯੂਐਸਏ ਉਹ ਕੜਾਪਾ ਦੇਵਾਂਗੇ ਪੂਰਾ 45 ਲੱਗ ਗਿਆ ਜੇਕਰ ਚੁੱਗਿਆ ਵਾਲੇ ਮੁੰਡੇ ਆਹ ਮੈਚ ਜਿੱਤਦੇ 5-10 ਹੈ ਸ਼ਾਇਦ 5-10 ਕੇ 4-10 ਬਾਅਦ ਮੇਰੇ ਬਾਕੀ ਦੱਸਦਾ ਫੌਜੀ ਦਿੱਤਾ ਜਾਣਾ ਪਰ ਵੀਰ ਸਿੰਘ ਵਾਲੀ ਇਹ ਫੇਟਾ ਆਓ ਦਵਿੰਦਰਾ ਨੰਬਰ ਜੋੜਨਾ ਪੈਣਾ ਮੁੰਡਿਆ ਗੱਲਾਂ ਹੋਣ ਗਿਆ ਆਓ ਝੋਟੀ ਵਾਲੀਆ ਝੋਟੀ ਵਾਲੀਆ ਝੋਟੀ ਵਾਲੀਆ दविंदर ली आओ झोटी वाली मुंडे ली साडे बजाज सरपंच साहब वड्डे जिहड़े मान पौंदे कर रहे आ कल्ले कल्ले पॉइंट दा जिहड़ा 100-100 दिता जा रहा ਜਿਹੜਾ ਵੀ ਮੁੰਡਾ ਪਿੰਡ ਦਾ ਨੰਬਰ ਲੈਂਦਾ ਉਹਦੇ ਲਈ ਇੱਕ 100 ਹੈ ਆਓ ਕਦੇ ਕਮਾਲ ਹੋਈ ਪਈ ਆ ਖੇਡ ਦੇ ਬਲਾਰ ਦੇ ਵਿੱਚ ਲੈ ਵੀ ਜਸ਼ਨ 14 ਹੋਣੇ 14-8 ਨੇ 14-8 14 ਨੰਬਰ ਆ ਪਿੰਡ ਵਾਲੇ ਮੁੰਡਿਆਂ ਦੇ 8 ਨੰਬਰ ਜਿਹੜੇ ਉੱਧਰ ਨੇ ਉੱਧਰ ਹਰਦੀਪ ਬਰਾੜ ਪ੍ਰਵੀਨ ਸ਼ਰਮਾ ਯਾਦਵਿੰਦਰ ਯਾਦਵ ਸਾਡਾ ਵੀਰ ਕਹਿੰਦੇ ਵੀ ਬੱਬੂ ਦੀਆਂ 5 ਵਾਲਾਂ ਓ 1100 ਦੀਆਂ ਹੋਣਗੀਆਂ ਲਈ ਬੱਬੂ ਸ਼ਰਮੇ ਵਰਗੇ ਓ ਯਾਦਵ ਵਰਗੇ ਮਾਣ ਕਰਦੇ ਤੇਰੀ ਵੀਰੇ 5-10 ਆ ਸ਼ਾਇਦ 5-10 ਬਾਕੀ ਦੱਸਦਾ ਵੀਰੇ ਪੁੱਛ ਕੇ 5-10 ਆ ਨੰਬਰ ਵੀ 14 ਤੇ 8 ਆ 5 ਵਾਲਾ ਵਾਲਾ ਬਿੱਲੂ ਆ ਵੀਰੇ ਫਰੋਸ਼ਾ ਬੀਚ ਫਰੋਸ਼ਾ ਬੀਚ ਫਰੋਸ਼ਾ ਬੀਚ ਖੇਡੀ ਨੇ ਗੋਪਾ ਉਸਤਾਦ ਵੀਰੇ ਫਰੋਸ਼ਾ ਬੀਚ ਜਸ਼ਨ ਨੋਟ ਕਰ ਲਈ ਆ ਨੰਬਰ ਕਦੇ 15 ਤੇ ਬੋੜੇ ਵਾਲੇ ਬਿੱਲੂ ਦੀ ਸਾਡੇ ਬਜਾਜ ਸਰਪੰਚ ਸਾਹਿਬ 100 ਜਿਹੜਾ ਹੋਰ ਆ ਗਿਆ ਕੱਲੇ ਕੱਲੇ ਪੁਆਇੰਟ ਤੇ 100-100 ਦਿੱਤਾ ਜਾ ਰਿਹਾ ਥੋੜਾ ਤਾਲਮੇਲ ਬਣਾ ਲਈਏ ਆਪਾਂ ਬਹੁਤ ਬਹੁਤ ਧੰਨਵਾਦ ਆ ਵੀਰ ਸਾਡੇ ਦਾ ਔਰ ਸੁਖਚੈਨ ਨੋਟ ਕਰੇ ਲਾਈ ਵਾਲੇ ਭਰਾ ਕਹਿੰਦੇ ਵੀ ਥੋੜੀ ਬਾਤ ਜਿਹੜੀ ਉਹ ਲਾਈ ਸ਼ਾਲੂ ਉਸਤਾਦ ਦਾ ਮੈਚ ਇਸ ਤੋਂ ਅਗਲਾ ਵੀਰੇ ਦੱਸਦੇ ਆ ਬਈ ਵੇਟ ਕਰਿਓ ਵੇਟ ਕਰਿਓ ਕੁੜੀ ਖੋਲਦੇ ਵਾਜ ਗੱਲ ਫੇਰ ਟਿਕਾਣੇ ਲੱਗਣੀ ਹੈ ਬਾਹਰ ਜੋਤ ਖੱਦਿਆ ਹਾਂ ਦੋਸਤਾਂ ਗੱਲ ਦਾ ਜੋਤ ਉੱਧਰ ਵੀ ਤਾਂ ਕਰਵਾ ਗਈ ਹੈ ਮੈਚ ਚੋਧਰ ਵੀ ਬੜਾ ਤਕੜਾ ਸਹਿਬਾਜ ਜੀ ਮੈਚ ਬੋਲਦੇ ਇੱਕ ਨੰਬਰ ਦਾ ਸਹਿਬਾਜ ਜਗਤਾਰ ਬਾਖਲ ਯੂਐਸਏ ਦਾ ਰਾਜੀ ਮੈਚ ਬੋਲਦੇ ਇੱਕ ਨੰਬਰ ਦਾ ਜੀ ਲੈ ਵੀ ਜਸ਼ਨ 100 ਫੌਜੀ ਦਾ ਨੋਟ ਕਰ ਲਈ 100 ਕਿੰਦੇ ਲਈ ਸੁੱਖ ਸਾਡਾ ਵੀਰ ਆ ਟਿੱਬੀ ਵਾਲਾ ਉਹਦੇ ਵੱਡੀਓ ਬਾਹਰ ਕੀਤੇ ਜਾ ਰਹੇ ਆ ਆਹ ਖੇਡ ਦੇ ਬਲਾਰ ਦੇ ਵਿੱਚ ਬੱਲੇ 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 ਜੱਟ ਵਿਗੜ ਗਿਆ ਬਿੱਲੀ ਅੱਖਾਂ ਦੇ ਵਿੱਚ ਰੜਕੇ ਜੱਟ ਵਿਗੜ ਗਿਆ ਪਰ ਰੂਪ ਨਹੀਂ ਮੰਨਦਾ ਕਹਿੰਦਾ ਖਾਲੀ ਘੋੜੀ ਫਿਣਕਦੀ ਤੇਰੀ ਜੀ ਦਾ ਵੀਰ ਉਧਰ ਜਗਦੀਸ਼ ਹੁੰਦਾ ਜੀ 500 ਰੁਪਈਆ ਪਿੰਡ ਦੀ ਟੀਮ ਲਈ ਆ ਗਿਆ ਖੇਡੀ ਜਾਂਦਾ ਮੈਚ 10 ਵਜੇ 1 ਨੰਬਰ ਰਹਿ ਗਿਆ ਇੱਧਰ ਗਰਾਊਂਡ ਖਾਲੀ ਹੋ ਜਾਣਾ ਆਪਣਾ ਸਹਿਬਾਜ ਜੀ 1 ਨੰਬਰ 'ਚ ਮੈਚ ਦੱਸੋ ਅਗਲਾ ਮੈਂ ਵੀ ਅਮਰ ਫਰੋਸ਼ਾ ਵੀ ਤੇ ਭੰਡਿਆਰੀ ਚੁੱਕੂ ਉਸਤਾਦ ਦਾ ਮੈਚ ਵੀਰੇ ਅਗਲਾ ਵੀਰੇ ਦੱਸਾਂਗੇ 100
ਸ਼ਬਦ ਅਮਰਿੰਦਰ ਨੇ ਮੈਂ ਵੀ ਅਮਰਿੰਦਰ ਦਾ ਇੱਕ ਸੌ ਲਿਖ ਲਈ ਸਰਪੰਚ ਸਾਹਿਬ ਦੇ ਵੱਲੋਂ ਅਮਰਿੰਦਰ ਦੇ ਲਈ ਇੱਕ ਸੌ ਜਿਹੜਾ ਲਿਖ ਲਈ ਵੀਰ ਮੇਰਾ ਜਸ਼ਨ ਲਿਖੀ ਇਹਨਾਂ ਨੇ ਪੈਸੇ ਪੰਜ ਸੌ ਟੀਮ ਦਾ ਲਿਖ ਲਿਆ जोड़ा जशन एक सौ भावना लिख दी नंबर लास्ट आ गया है सामने पटाके पहनगे दीप सिंह चली जांदा वीरे दीप सिंह जशन ला कापी ਪੜਿਆਰੀ ਦੇ ਖਿਡਾਰੀ ਤਿੰਨ ਨੰਬਰ ਗਰਾਊਂਡ ਤੇ ਆ ਜਾਣ ਜਲਦੀ ਦੇ ਨਾਲ ਇੱਕ ਨੰਬਰ ਤੇ ਇੱਕ ਮਿੰਟ ਇੱਕ ਦਾ ਵੀ ਬੋਲਦੀ ਇੱਕ ਨੰਬਰ ਹੀ ਬਾਕੀ ਇੱਧਰ ਵੀ ਹਜ਼ਾਰ ਟੀਮ ਦਾ ਪਹਿਲਾਂ ਉਹ ਅੱਡ ਦੇ ਜਲਦਾਰ ਸਕੋਰ ਕੀ ਵੀਰੇ ਬਾਰਾਂ ਪੰਜ ਬਾਰਾਂ ਪੰਜ ਆ ਵੀਰੇ ਪੰਜ ਸਲੇਮ ਬਾਰਾਂ ਸਲੇਮ ਸ਼ਾਹ ਅਤੇ ਪੰਜ ਬੋਧੀ ਵਾਲਾ ਮੈਂ ਵੀ ਇੱਕ ਹੋਰ ਵੱਡਾ ਐਲਾਨ ਹੈ ਪਿੰਡ ਦੀ ਵਾਲੀਬਾਲ ਟੀਮ ਅਮਰਿੰਦਰ ਵੱਲ ਇੱਧਰ ਆ ਜਾਓ ਤੁਸੀਂ ਇੱਕ ਵਾਰੀ ਉੱਧਰ ਸਾਡੇ ਸ਼ਾਮ ਲਾਲ ਬਜਾਜ ਸਰਪੰਚ ਸਾਹਿਬ ਕਹਿ ਰਿਹਾ ਹੈ ਵੀ ਪਿੰਡ ਵਾਲੇ ਮੁੰਡਿਆਂ ਦੀ ਖੇਡ ਬੜੀ ਵਧੀਆ ਹੈ ਵਾਲੀਬਾਲ ਟੀਮ ਦੇ ਖਿਡਾਰੀ ਜਿਹੜੀ ਮਰਜ਼ੀ ਚੀਜ਼ ਕਹਿ ਦੇਣ ਜੋ ਮਰਜ਼ੀ ਮੰਗ ਲੈਣ ਸਰਪੰਚ ਸਾਹਿਬ ਕਹਿੰਦੇ ਆਪਾਂ ਉਹ ਚੀਜ਼ ਦੇ ਦਿਆਂਗੇ ਤਾੜੀ ਮਾਰ ਦਿਓ ਯਾਰ ਜ਼ੋਰਦਾਰ ਪਿੰਡ ਦੀ ਵਾਲੀਬਾਲ ਟੀਮ ਜੋ ਮਰਜ਼ੀ ਭਾਵੇਂ ਗਰਾਊਂਡ ਕਹਿ ਦੇਣ ਭਾਵੇਂ ਕਿੱਟਾਂ ਕਹਿ ਦੇਣ ਭਾਵੇਂ ਪੈਸੇ ਭਾਵੇਂ ਕਿਰਾਇਆ ਜੋ ਮੰਗ ਲੈਣਗੇ ਉਹ ਮਾਨ ਸਨਮਾਨ ਜੇ ਦਿੱਤਾ ਜਾਵੇਗਾ ਸਾਡੇ ਸਰਪੰਚ ਸਾਹਿਬ ਦਾ ਵੱਡਾ ਧੰਨਵਾਦ ਹੈ ਇੱਕ ਦਾ ਮੈਂ ਦੱਸਦੀ ਸੀ ਉਹਦੇ ਵੀਰ ਕਿਹੜੀਆਂ ਟੀਮਾਂ ਦਾ ਹੈ ਇੱਕ ਨੰਬਰ ਗਰਾਊਂਡ ਹਾਂਜੀ ਹਾਂਜੀ ਵੀਰੇ ਦੀਪ ਸਿੰਘ ਵਾਲਾ ਵੀਰੇ ਕੋਈ ਨੀ ਦੇਰ ਦਾ ਖੇਡ ਸਹੀ ਹੈ ਕੋਈ ਨੀ ਵੀਰੇ ਸ਼ਾਲੂ ਉਸਤਾਦ ਦਾ ਮੈਚ ਤਿੰਨ ਨੰਬਰ ਗਰਾਊਂਡ ਤੇ ਵੀਰੇ ਪੰਜਾਬ ਦੀ ਜਿੰਦ ਜਾਣ ਤੇ ਫਿਰੋਜ਼ ਸ਼ਾਹ ਬੀ ਨਾਲ ਵੀਰੇ ਬਹੁਤ ਤਕੜਾ ਮੈਚ ਲੱਗਣਾ ਬਈ ਉਹ ਵੀ ਕੋਈ ਗੱਲ ਨੀ ਤੇਰੇ ਨਾਲੇ ਰੌਲਾ ਪਾਉਣਾ ਤੇਰੇ ਨੇ ਤੇ ਆੜੀ ਬਾਲੀ ਅੰਦਰੋਂ ਓ ਵਾਓ ਪਿੰਡੇ ਅੱਜ ਤੇ ਪਿੰਡੇ ਨੇ ਉਹ ਦੁਨੀਆ ਨਚਾਤੀ ਹੈ ਉਹ ਜੋਤ ਖੱਬੇ ਨੇ ਵੀ ਧੰਨ ਧੰਨ ਕਰਵਾਤੀ ਹੈ ਬਹੁਤ ਵਧੀਆ ਮੈਚ ਦੀਪ ਸਿੰਘਲ ਦੀ ਟੀਮ ਦਾ ਬੱਬੇ ਰੈਫਰੀ ਆਉ ਗਈ ਇੱਕ ਮੈਂ ਵੀ ਫੌਜੀ ਦਾ ਕਸਾਉ ਮੇਰੇ ਕੋਲੇ ਰਹਿ ਗਿਆ ਕਸਾਉ ਮੇਰੇ ਕੋਲੇ ਜੋਤ ਦਾ ਮੈਚਾਂ ਤੋਂ ਬਾਅਦ ਵੀਰ ਆਪਣੇ ਮਾਨ ਲੈ ਜਾਣ ਫੌਜੀ ਹੱਥੀ ਭਾਈ ਤੇ ਖੰਜਰਵਾਲ ਦੀਆਂ ਟੀਮਾਂ ਆ ਜਾਓ ਜਲਦੀ ਦੇ ਨਾਲ ਹੱਥੀ ਭਾਈ ਤੇ ਖੰਜਰਵਾਲ ਮੈਂ ਵੀ ਫੌਜੀ ਤੇਰਾ ਸੌ ਮੇਰੇ ਕੋਲੇ ਆਪਣਾ ਇੱਕ ਸੌ ਲੈ ਜੀ ਫੌਜੀ ਭੰਡਿਆਰੀ ਵਾਲਾ ਮੈਂ ਵੀ ਜਸਵਿੰਦਰ ਹੁਣ ਵੇਖੀ ਠੀਕ ਆ ਉੱਥੇ ਸਹੀ ਆ ਮੈਂ ਵੀ ਫੌਜੀ ਭੰਡਿਆਰੀ ਵਾਲਾ ਇੱਕ ਸੌ ਲੈ ਜੇ ਮੇਰੇ ਤੋਂ ਆਪਣਾ
ਲੈ ਰੈਫਰੀ ਇਕਦੀਪ ਸਿੰਘ ਵਾਲੇ ਦੀ ਟੀਮ ਦਾ ਫੋਨ ਜਸ਼ਨ ਕੋਲ ਕੀ ਦਾ ਫੋਨ ਲੈ ਜਾਣ ਆਪਣਾ ਕੇ ਖੱਟੀ ਭਾਈ ਤੇ ਖੰਜਰ ਵਾਲਾ ਉਹ ਜੀ ਗਰਾਊਂਡ ਦੇ ਲਾਗੇ ਭਾਈ ਤੇ ਖੰਜਰ ਵਾਲ ਮੈਚ 2 ਨੰਬਰ ਗਰਾਊਂਡ ਦੇ ਵਿੱਚ ਵੀਰੇ ਪ੍ਰੀ ਕੁਆਟਰ ਆ ਬਾਈ ਜੀ ਪ੍ਰੀ ਕੁਆਟਰ ਬਹੁਤ ਬਾਲਾਂ ਲਾਉਂਦਾ ਹੈ ਦੂਜੇ ਪਾਸੇ ਜੈਲਦਾਰ ਅਰਗੇ ਖੇਡਦੇ ਆ ਬਹੁਤ ਤਕੜਾ ਮੈਚ ਖੇਡਿਆ ਜਾ ਰਿਹਾ ਹੈ ਬਹੁਤ ਤਕੜੀ ਟੱਕਰ ਆ ਜਤਿੰਦਰ ਸਿੰਘ ਵੀਰੇ ਪ੍ਰੀ ਕੁਆਟਰ ਸਿੰਘ ਬਰਾੜ ਦਾ ਬੇਟਾ ਹੈ ਆਉ ਮਾਸਟਰ ਕਹਿੰਦੇ ਗੁਰਜੀਤ ਦਾ ਵੀਰ ਹੈ ਖੇਡ ਵਿੱਚ ਮੈਚ ਇਧਰ ਵੀ ਬੜਾ ਤਕੜਾ ਹੈ ਗਲਤੀ ਕਰ ਗਏ ਹੈ ਕਿੰਨੇ ਪੁਆਇੰਟ ਆ ਹਣੀ ਨੰਬਰ ਦੱਸੀ ਸਾਹਮਣੇ 6-11 ਨੇ 6-11 6 ਨੰਬਰ ਆ ਬੁੰਦੀਆਂ ਦੇ ਵਿੱਚ ਆ ਜਾ ਇੱਧਰ ਤੇ 11 ਉੱਧਰ ਆ ਬਹੁਤ ਵਧੀਆ ਮੈਚ ਇੱਧਰ ਵੀ ਜਿਹੜਾ ਉਹ ਖੇਡਿਆ ਜਾ ਰਿਹਾ ਖੇਡ ਦੇ ਮੈਦਾਨ ਵਿੱਚ ਵੱਡੀ ਟੱਕਰ ਆ ਚੋਟੀ ਦਾ ਮੁਕਾਬਲਾ ਟੀਮਾਂ ਦੋਵੇਂ ਬਰਾਬਰ ਦੀਆਂ ਨੇ ਇੱਧਰ ਆਓ ਜੀ ਫਿਰੋਜ਼ ਸ਼ਾਹ ਵੀ ਤੇ ਦਵਿੰਦਰ ਬਰਾੜ ਕਲੱਬ ਭਲਿਆਰੀ ਸ਼ਾਲੂ ਦੀ ਟੀਮ ਮੈਚ ਆ ਵੀ ਮੇਰੇ ਮਿੱਤਰੋ ਜਿਹੜਾ ਉਹ ਚੋਟੀ ਦਾ ਇੱਕ ਰੈਫਰੀ ਆ ਜੇ ਦੀਪ ਸਿੰਘ ਵਾਲੇ ਦੀ ਟੀਮ ਦਾ ਅਮਰਿੰਦਰ ਆ ਜੇ ਜਾਂ ਬਲ ਆ ਜੇ ਇੱਕ ਰੈਫਰੀ ਵੀਰੇ ਬਾਈ ਦਾ ਮੈਚ ਕੁਆਟਰ ਚ ਰਿੰਕੂ ਬਾਈ ਦਾ ਮੈਚ ਕੁਆਟਰ ਚ ਦੱਸਦਾ ਜੇਕਰ ਦੀਪ ਸਿੰਘ ਵਾਲਾ ਫਾਈਨਲ ਜਿੱਤੇ ਵੀਰੇ ਬੋਦੀ ਵਾਲਾ ਖੇਡੀ ਜਾਂਦੀ ਹੈ ਪਰਲੀ ਸਾਈਡ ਬੋਦੀ ਵਾਲਾ ਤੇ ਉਰਲੀ ਸਾਈਡ ਸਲੇਮ ਸ਼ਾਹ ਬਹੁਤ ਬਹੁਤ ਧੰਨਵਾਦ ਮੈਂ ਕਰਾਂਗਾ ਸਾਡੇ ਵੀਰ ਦੇ ਬੰਦਿਓ ਅਗਲੇ ਰਾਊਂਡ ਚ ਬਈ ਕੁਆਟਰ ਚ ਗੋਪਾ ਘਟਾਲੀ ਕੁਆਟਰ ਚ ਬਈ ਤੇ ਖੰਜਰ ਵਾਲਾ ਆਉ ਜੀ ਜਲਦੀ ਦੇ ਨਾਲ ਲੈ ਸਵਾਲ ਜੇ ਕੋਈ ਮੈਚ ਰਹਿੰਦਾ ਨੰਬਰ ਗਰਾਊਂਡ ਖਾਲੀ ਹੋ ਜਾਣਾ ਤਾਂ ਕੁਆਟਰ ਚ ਵੀਰੇ ਗੋਪਾ ਕੁਆਟਰ ਚ ਕੋਈ ਮੈਚ ਰਹਿੰਦਾ ਤਾਂ ਨਹੀਂ ਫਿਰ ਅਗਲੀਆਂ ਟਾਈਆਂ ਕੱਢਦੀ ਨਹੀਂ ਆਪਾਂ ਆ ਕੰਮੂ ਉਸਤਾਦ ਭਾਈ 1 ਨੰਬਰ ਦਾ 3 ਦਾ ਮੈਚ ਚਲਾ ਰਹੀ ਹੈ ਤਾਂ ਬੱਬੂ ਇੱਕ ਰੈਫਰੀ ਲਾਈਏ ਵੀਰ ਮੁੰਡੇ 3 ਨੰਬਰ ਦੀਆਂ ਟੀਮਾਂ ਆ ਗਈਆਂ ਫਰੋਸਾ ਦੇ ਤੇ ਭਨਿਆਰੀ ਵਾਲੇ ਮੁੰਡੇ ਇੱਕ ਰੈਫਰੀ ਲਾ ਲਈਏ ਤਾਂ ਕਿਰਪਾ ਕਰਕੇ ਲੜਾਈ ਨਾਲ ਖਿਡਾਰੀਆਂ ਦੇ ਸਨਮਾਨ ਵੀਰੇ ਜੱਜ ਬੋਦੀ ਵਾਲਾ ਗੋਡੇ ਵਾਲਾ ਬੱਬੀ ਵਧਾਈਆਂ ਵਾਲਾ ਭਾਰੂ ਦਵਿੰਦਰ ਝੋਟੀ ਵਾਲਾ ਤੇ ਬਾਬਾ ਕਾਨੇ ਵਾਲੀ ਇਹ ਚਾਰੇ ਵੀਰ ਆਉਣ ਬਿੱਲੂ ਗੋਡੇ ਵਾਲਾ ਵਧਾਈਆਂ ਵਾਲਾ ਭਾਊ ਬਾਬਾ ਕਾਨੇ ਵਾਲੀ ਦਵਿੰਦਰ ਝੋਟੀ ਵਾਲਾ ਵੀਰ ਆਉਣ ਸਨਮਾਨ ਲੈਣ ਵੀਰੇ ਜੱਜ ਸੈਂਟਰ ਚ ਬੋਦੀ ਵਾਲਾ ਜੱਜ ਬਾਈ ਹੈਲੋ ਰੋਸਾ ਪੋਰ ਦੀ ਟੀਮ ਦੇਖੋ ਜੀ ਨੋਟ ਕਰੋ ਰਾਜੂ ਇਹ ਰਵੀ ਰੈਫਰੀ ਕਰਦੇ ਤੀਰਥਾ ਗੁਰਪਿਆਰ ਬਾਈ ਦੇ ਬਣੀ ਨੰਬਰਦਾਰ ਬਾਈ ਦੇ ਬਣੀ ਭਰਿਆਰੀ ਵਾਲੇ ਸ਼ਾਲੂ ਦਾ ਸਨਮਾਨ ਕੀਤਾ ਜਾਣਾ ਹੈ 100 ਫੌਜੀ ਦਾ ਲੈ ਵੀ ਬੱਬੀ ਇੱਕ ਮਿੰਟ ਗੱਲ ਸੁਣ ਤੁਹਾਡਾ ਮੈਚ ਆ ਪਟੋਰੀ ਨਾਲ ਇੱਕੋ ਇੱਕ ਹੀ ਆ ਖੱਟੀ ਭਾਈ ਦੇ ਖੰਜਰ ਵਾਲ ਕਾਲਾ ਦੀ ਖੇਡੋ ਤੁਸੀਂ ਨਾ ਹੈਲੋ ਦੀਪ ਸਿੰਘ ਵਾਲੇ ਦਾ ਮੈਚ ਆ ਪਟੋਰੀ ਨਾਲ ਤੁਸੀਂ ਰੈਫਰੀ ਲਾ ਲਓ ਇੱਧਰ ਕੋਈ ਹੋਰ ਮੈਚ ਖੇਡੋ ਆ ਸਨਮਾਨ ਕਰਾ ਲਓ ਨਵੀਂ ਸਨਮਾਨ ਲਾਓ ਵੀਰੇ ਹਾਂਜੀ ਡੀਸੀ ਜੀ ਲੰਗਰ ਪ੍ਰਸ਼ਾਦਾ ਜ਼ਰੂਰ ਛਕ ਲਓ ਜੀ ਜਿਹੜੇ ਜਿਹੜੇ ਵੀਰਾਂ ਨੇ ਛਕਣਾ ਗੋਪਾ ਬੱਲੋ ਆ ਜੇ ਗੋਪਾ ਬੱਲੋ ਵਾਲਾ ਬਾਈ ਜੀ ਕੌਣ ਜਿੱਤਾ ਜੋਟ ਦੱਸਦੇ ਹਾਂ ਰੋਸ਼ਾ ਵੀਰ ਆ ਮੇਰਾ 100 ਮੇਰੇ ਕੋਲ ਲੈ ਗਏ ਪੰਡੋਰੀ ਦੀ ਟੀਮ ਨਵੀਂ ਸਨਮਾਨ ਮੈਂ ਵੀ ਪਹਿਲਾਂ ਪੁਆਇੰਟ ਦੱਸੀ ਵੀਰੇ ਕਿੰਨੇ ਕਿੰਨੇ ਇੱਧਰ ਹਣੀ ਕਿੰਨੇ ਆ ਇੱਧਰ ਆ ਵੀਰੇ ਸਾਹਮਣੇ ਖੜਾ 12-6 ਆ ਬਈ 12 ਉੱਧਰ 6 ਇੱਧਰ ਆ ਯਾਰਾ 12-6 ਰਿੰਕੂ ਵਧਾਈਆਂ ਵਾਲਾ ਸਨਮਾਨ ਲਵੇ ਆਪਣਾ 12-6 ਬਈ 12-6 ਬਿੱਲੂ ਵਾਲੇ ਨਾਲ ਬਾਬਾ ਦੇ ਕਾਂਡੇ ਵਾਲੀ ਵਾਲਾ ਤੇ ਝੋਟੀ ਵਾਲੀ ਦਵਿੰਦਰ ਵੱਡੇ ਵਾਲ ਪੇਪਰਾਂ ਦਾ ਸਨਮਾਨ ਨੇ ਇਹ ਵੀਰ ਆਪਣੇ ਸਨਮਾਨ ਜਿਹੜੇ ਲੈ ਕੇ ਜਾਣਗੇ ਵੀਰ ਮੇਰੇ ਬੇਨਤੀ ਹੈ ਸਨਮਾਨ ਕਰਨੇ ਵਾਲ ਪੇਪਰਾਂ ਦੇ ਨਾਲ ਤੇ ਕਾਨੇ ਵਾਲੀ ਦੇ ਬਾਬੇ ਦਾ ਸਨਮਾਨ ਹੈ
ਵਧਾਈਆਂ ਨੇ ਰਿੰਕੂ ਦਾ ਸਨਮਾਨ ਦੀ ਸਿੰਘਲ ਦੀ ਟੀਮ ਦੇ ਵੱਲੋਂ ਤੇ ਝੋਟੀ ਵਾਲੀ ਦਵਿੰਦਰ ਜਟਾਣੇ ਦਾ ਸਨਮਾਨ ਕੀਤਾ ਜਾਣਾ ਹੈ ਵੱਡੇ ਵਾਲ ਪੇਪਰਾਂ ਦੇ ਨਾਲ ਵੀ ਬਾਬਾ ਆ ਜਾ ਮਾਨ ਸਨਮਾਨ ਹੋੜ ਗਏ ਸਾਰੀ ਟੀਮ ਆ ਦੇ ਦੀ ਸਿੰਘਲ ਦੀ ਟੀਮ ਦੇ ਵੱਲੋਂ ਮਾਨ ਜਿਹੜੇ ਦਿੱਤੇ ਜਾ ਰਹੇ ਆ ਲੈ ਵੀ ਟੀਮਾਂ ਖੜੀਆਂ ਅਮਰਿੰਦਰ ਇੱਕ ਵਾਰੀ ਤੂੰ ਮੈਚ ਚਲਾ ਬਾਕੀ ਆਪਾਂ ਬਾਅਦ ਚ ਵੇਣੇ ਗੱਲਾਂ ਬਾਤਾਂ ਪਹਿਲਾਂ ਸਨਮਾਨ ਕਰਾ ਦੋ ਆਵੇ ਆ ਸਨਮਾਨ ਹੋ ਜਾਂਦੇ ਆਵੇ ਢਿੱਲੋ ਆ ਜਾ ਮਾੜਾ ਇੱਧਰ ਹੀ ਆ ਜਾ ਇਹ ਮੁੰਡੇ ਗਰਾਊਂਡ ਦੀ ਆ ਆ ਯਾਰ ਮੇਰਾ ਮੈਚ ਆ ਬਾਗੜੀ ਕੋਲ ਖੜਾ ਵਿੱਚ ਮਾੜੀ ਪਰਸ ਪਾਸ ਕਰੂੰਗੇ ਪਹਿਲਾਂ ਤੂੰ ਉੱਤਰ ਲੈ ਮੈਂ ਵੀ ਇੱਥੇ ਕਰ ਦੋ ਚਾਨਣੀ ਕਰ ਦੋ ਸਰਪੰਚ ਬਾਹਰ ਕਰ ਦੋ ਕੋਈ ਗੱਲ ਨਹੀਂ ਚਾਰੇ ਲੈਣਾ ਵਾਲ ਪੇਪਰ ਉਹ ਵੀ ਚੱਕ ਲਿਆ ਬਿੱਲੂ ਪਟੋਰੀ ਕੋਈ ਚੱਕ ਲਓ ਜੀ ਵਾਲ ਪੇਪਰ ਮੈਂ ਸਨਮਾਨ ਲੈ ਕੇ ਆਵਾਂ ਯਾਰ ਕੀ ਲੈ ਕੇ ਆਉਣਾ ਸਨਮਾਨ ਬਿੱਲੂ ਦਾ ਸਨਮਾਨ ਕਰਨਾ ਪਟੋਰੀ ਵਾਲੇ ਦਾ ਆਲੂ ਵਾਲੇ ਇੱਕ ਬੋਰੀ ਨਾਲ ਕਰਾਂਗੇ ਸਨਮਾਨ ਖਾ ਗਿਆ ਜੀ ਯਾਰ ਨਾ ਮੇਰੀ ਆਵਾ ਮੁੰਡੇ ਦੀਪ ਸਿੰਘ ਵਾਲੇ ਦੀ ਟੀਮ ਲਈ ਵੱਡੇ ਮੇਲੇ ਖੇਡੇ ਰੀੜ ਦੀ ਹੱਡੀ ਨੇ ਮੁੰਡੇ ਦੀਪ ਸਿੰਘ ਵਾਲੇ ਦੀ ਟੀਮ ਦਾ ਨਾਮ ਬਣਿਆ ਇਹਨਾਂ ਖਿਡਾਰੀਆਂ ਦੀ ਵੀ ਬਹੁਤ ਵੱਡੀ ਮਿਹਨਤ ਹੈ ਜਿਨ੍ਹਾਂ ਦੇ ਸਨਮਾਨ ਅੱਜ ਵਾਲ ਪੇਪਰਾਂ ਦੇ ਨਾਲ ਕੀਤੇ ਜਾ ਰਹੇ ਹੈ ਕਾਨੇ ਵਾਲੀ ਦਾ ਬਾਬਾ ਮੈਂ ਵੀ ਇੱਕ ਵਾਰੀ ਤਾੜੀ ਇਹਨਾਂ ਚਾਰੇ ਖਿਡਾਰੀਆਂ ਲਈ ਮਾਰ ਦਿਓ ਦੀਪ ਸਿੰਘਲ ਦਾ ਨਾਮ ਰੋਸ਼ਨ ਕਰਨ ਦੇ ਵਿੱਚ ਬਹੁਤ ਵੱਡਾ ਯੋਗਦਾਨ ਇਹਨਾਂ ਮੁੰਡਿਆਂ ਦਾ ਦਵਿੰਦਰ ਝੋਟੀ ਵਾਲਾ ਬਿੱਲੂ ਬੋੜੇ ਵਾਲਾ ਵਧਾਈ ਵਾਲਾ ਰਿੰਕੂ ਭਾਊ ਕਹਿੰਦੀ ਦੁਨੀਆ ਨਾਲ ਸਾਡਾ ਬਾਬਾ ਗੁਰਵਿੰਦਰ ਜੈਲਦਾਰ ਇੱਥੇ ਰੱਖ ਕਾਨੇ ਵਾਲੀ ਵਾਲਿਆ ਹੈਲੋ ਵੱਡੀਆਂ ਮੁਬਾਰਕਾਂ ਨੇ ਰਾਜ ਦੋ ਦਾ ਮੈਚ ਹੈ ਕੋਈ ਦੀਪ ਸਿੰਘਲ ਦਾ ਮੈਚ ਹੈ ਜੀ ਪੰਡੋਰੀ ਦੇ ਨਾਲ ਠੀਕ ਹੈ ਜੀ ਦੀਪ ਸਿੰਘ ਵਾਲਾ ਤੇ ਪੰਡੋਰੀ ਇਹ ਮੈਚ ਹੈ ਔਰ ਇੱਕ ਮੈਚ ਮੇਰੇ ਖਿਆਲ ਦੇ ਵਿੱਚ ਇੱਕ ਮੈਚ ਕਿਹਦਾ ਹੀ ਜਸ਼ਨ ਹੋਰ ਠੱਠੀ ਭਾਈ ਦੇ ਖੰਜਰ ਵਾਲ ਉਹ ਚੱਲ ਪਿਆ ਜੀ ਚੱਲ ਪਿਆ ਜੀ ਰੈਫਰੀ ਲਾਤਾ ਸਾਰੇ ਠੀਕ ਹੈ ਲਾਈਆਂ ਨੇ ਰਿੰਕੂ ਦਾ ਸਨਮਾਨ ਹੈ ਜੀ ਇੱਧਰ ਬੋੜੇ ਵਾਲਾ ਬਿੱਲੂ ਬਿੱਲੂ ਬੋੜੇ ਵਾਲਾ ਲਿਖਤਾ ਵਾਲ ਪੇਪਰ ਦੇ ਬੋੜੇ ਵਾਲਾ ਪਹਿਲਗਾਂ ਦਾ ਧਿਆਨ ਰੱਖਿਆ ਕਰੋ ਥੋੜ੍ਹਾ ਜਿਹਾ ਬਿੱਲੂ ਬੋੜੇ ਵਾਲਾ ਬਿੱਲੂ ਲੁਧਿਆਣੇ ਵਾਲਾ ਲਿਖ ਦਿਆ ਕਰੋ ਮੈਂ ਵੀ ਬਿੱਲੂ ਵੱਡੀਆਂ ਮੁਬਾਰਕਾਂ ਮਿੱਤਰਾ ਬੋੜੇ ਵਾਲਾ ਬਿੱਲੂ ਬੜਾ ਤਗੜਾ ਖਿਡਾਰੀ ਬਣ ਗਿਆ ਹੈ ਦੀਪ ਸਿੰਘ ਵਾਲੇ ਦੀ ਟੀਮ ਦਾ ਵੱਡਾ ਹਿੱਸਾ ਹੈ ਮੈਂ ਵੀ ਆਏ ਭਾਊ ਆ ਜੇ ਭਾਊ ਸਾਡਾ ਵੀਰ ਵਧਾਈਆਂ ਵਾਲਾ ਭਾਊ ਵੀਰ ਸਾਡਾ ਮੈਂ ਵੀ ਆ ਟੀਮਾਂ ਖੜੀਆਂ ਰੈਫਰੀ ਲਾਓ ਇੱਕ ਵਾਰੀ ਉਧਰ ਮਸੂਮ ਸ਼ਰਮਾ ਜੀ ਕਹਿੰਦੇ ਗੋਪੀ ਬੰਗੀ ਵਾਲਾ ਮੈਚ ਤਾਵੇ ਵੱਡੇ ਮਾਣ ਸਨਮਾਨ ਕਰ ਦਿਆਂਗੇ ਆਪਾਂ ਬਹੁਤ ਬਹੁਤ ਧੰਨਵਾਦ ਹੈ ਮੈਂ ਵੀ ਆ ਵੀਰੇ ਭੱਜ ਕੇ ਰਿੰਕੂ ਗਰਾਊਂਡ 'ਚ ਆ ਜਾ ਗਰਾਊਂਡ ਆ ਜਾ ਜਲਦੀ ਦੇ ਨਾਲ ਕਰਾ ਲਈਏ ਮੈਚ ਆਪਾਂ ਜਲਦੀ ਦੇ ਨਾਲ ਆ ਜਾ ਭੱਜ ਕੇ ਕਰਾ ਝੋਟੀ ਵਾਲੀ ਆ ਦਵਿੰਦਰ ਵੀ ਆ ਜੇ ਜਲਦੀ ਦੇ ਨਾਲ ਦਵਿੰਦਰ ਜੀ ਆ ਵੀਰ ਬੰਦੇ ਸਮਾਂ ਬਹੁਤ ਹੋ ਗਿਆ ਆਪਾਂ ਮੈਚ ਵੀ ਚਲਾਉਣੇ ਆ ਭਾਊ ਆ ਜਾ ਕਰਾਂ ਮੈਂ ਵੀ ਆ ਭਾਊ ਭੱਜ ਗਏ ਭਾਊ ਉਸਤਾਦ ਨੂੰ ਲੱਭੀ ਜਾਂਦਾ ਗੋਪੀ ਨੂੰ ਮੈਂ ਵੀ ਗੋਪੀ ਉਸਤਾਦ ਵੀ ਆ ਰਹੇ ਭਾਊ ਲੱਭੀ ਜਾਂਦਾ ਆ ਭੱਜ ਗਏ ਬਾਅਦ 'ਚ ਉਸਤਾਦ ਨਾਲ ਫੋਟੋ ਕਰਾ ਲਈ ਪਹਿਲਾਂ ਸਨਮਾਨ ਲੈ ਲਓ ਦਵਿੰਦਰ ਦਾ ਖੜਾ ਦਵਿੰਦਰ ਆ ਗਿਆ ਝੋਟੀ ਵਾਲੀ ਆ ਕਰੋ ਜੀ ਸਨਮਾਨ ਮੁੰਡੇ ਦਾ ਝੋਟੀ ਵਾਲੀ ਆ ਦਵਿੰਦਰ ਆ ਵੀਰ ਸਾਡਾ ਆਪਣੇ ਨਾਲ ਮੈਂ ਵੀ ਕਰੋ ਸਨਮਾਨ ਬੱਬੀ ਰੈਫਰੀ ਲੱਭੀਏ ਕੋਈ ਮੈਂ ਵੀ ਢਿੱਲਿਆ ਇੱਧਰੋਂ ਬਚ ਕੇ ਰਹੀ ਇੱਧਰੋਂ ਨਾ ਬਾਲਾ ਜੀ ਕਿਤੇ ਦਵਿੰਦਰ ਨੂੰ ਵੱਡੀ ਮੁਬਾਰਕਬਾਦ ਹੈ ਬਹੁਤ ਮਿਹਨਤ ਕਰਕੇ ਅੱਗੇ ਆਇਆ ਮੁੰਡਾ
बड़ा माड़ा टाइम भी वेख्या दविंदर ने और हुण मेहर की है परमात्मा ने वड्डे माण है मैं भी दविंदरा इदा ही खेलते जाना मित्रा और हौसला वड्डी चीज है बधाई वाले भाऊ का सन्मान वाल पेपर के नाल मेरी बेनती है यार एक बारी ताली जरूर मार दो खिलाड़ियों की सारे वीर वड्डे माण सन्माने गुल्लू फोटो वाला किधर लंघ गया तेरा गुल्लू फोटा गुल्लू फोटो भी नाल ही ले गया मंदे की आंदे बा बिल्लू तेरे